ਫਿਰ ਤੁਸੀਂ ਕਹਿੰਦੇ ਧੱਕੇ ਨਾਲ ਬੁਲਾਏ ਅਸੀਂ ਅੰਦਰ ਆਏ, ਵਰਦੀ ਪਾ ਕੇ ਤੁਸੀਂ ਕੁੰਟਲ ਕੁੰਟਲ ਸ਼ਰਾਬ ਪੀਤੀ, ਡਿਊਟੀ ਕਰਨ ਆਓਗੇ ਤਦ ਹੀ ਇੱਥੇ ਆਓਗੇ ਨਾ? ਅਮਨਦੀਪ ਬੋਲਿਆ ਤੁਹਾਡੇ ਕੋਲ ਜਾਂਦਾ ਨਹੀਂ ਪਿਆ, ਧੱਕੇ ਨੂੰ ਤਾਂ ਸੀਨਾ ਚੋਰੀ ਨਾਲ ਚੋਰੀ ਨਾਲ ਸੀਨਾ ਚੋਰੀ ਮੁਲਾਜ਼ਮ ਪਤਾਰੇ ਤੋਂ ਆਏ ਨੇ, ਲੀਜ਼ੀਅਮ ਗ੍ਰੈਂਡ ਦੇ ਵਿੱਚ, ਲੀਜ਼ੀਅਮ ਗ੍ਰੈਂਡ ਦੇ ਵਿੱਚ ਆਏ ਨੇ, ਆ ਕੇ ਸਿਕਿਉਰਿਟੀ ਕਰਨ ਦੀ ਬਜਾਏ ਉਲਟਾ ਕੁੜੀ ਵਾਲੇ ਨੂੰ ਧੱਕਾ ਮਾਰਿਆ, ਇਹਨਾਂ ਨੇ ਦਾਰੂ ਪੀਤੀ ਰੱਜੇ ਪਏ ਆ, ਦੇਖੋ ਕੀ ਨਾਂ ਦਾ ਪਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ, ਪੀ ਏ ਪੀ ਤੋਂ ਆਇਆ ਸੀਗਾ, ਤੁਸੀਂ ਤਾਂ ਬਾਹਰ ਹੀ ਖੜੇ ਭਾਈ, ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ, ਤੁਸੀਂ ਆਈ ਨਹੀਂ ਸੀਗੇ, ਕਿਉਂ ਨਹੀਂ ਅੰਦਰ ਜਾਊਂਗਾ? ਮੇਰੀ ਗੱਲ ਸੁਣ, ਤੁਸੀਂ ਆਪ ਬੁਲਾ ਲਿਆ, ਆਪ ਬੁਲਾ ਲਿਆ, ਫੋਨ ਕਰਤਾ ਐਮ ਐਲ ਏ ਰਮਨ ਅਰੋੜਾ ਜੀ ਨੇ, ਫੋਨ ਕਰਤਾ ਆ ਰਹੇ, ਆਪੇ ਡਿਊਟੀ ਨਹੀਂ ਬੁਲਾ ਲਿਆ, ਆਪੇ ਤੁਸੀਂ ਅੰਦਰ ਆ ਜਾਣਾ, ਮੇਰਾ ਵੀ ਡਿਊਟੀ ਤੇ ਬੁਲਾਇਆ, ਆ ਜਾ ਮੇਰਾ, ਕੋਈ ਨਹੀਂ ਮੰਨ ਤੇ ਕਿਉਂ ਧੱਕੇ ਨਾ ਮਾਰ, ਧੱਕੇ ਨਾ ਮਾਰਨਾ ਇਹਨੂੰ, ਮੈਂ ਇਹ ਅੰਦਰ ਅੰਦਰ ਆਏ, ਅੰਦਰ ਸਾਈਡ ਤੋਂ ਵੀ ਖੜ ਜਾ, ਆ ਜਾ ਮੇਰਾ ਵੀਰ, ਉਸ ਸਾਈਡ ਤੋਂ, ਆ ਜਾ ਮੇਰਾ ਵੀਰ, ਆ ਜਾ ਕੋਈ ਨਹੀਂ ਧੱਕਾ ਨਾ ਕਰ, ਆ ਜਾ ਮੇਰਾ ਵੀਰ, ਆਪਾਂ ਇੱਥੇ ਹੀ ਭੱਜਦੇ ਨੇ, ਦੇਖੋ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਆਏ, ਤੁਸੀਂ ਤਾਂ ਹੈ ਹੀ ਨਹੀਂ, ਮੈਂ ਲੈ ਆਉਂਗਾ ਇਹਨਾਂ ਨੂੰ, ਆ ਜਾ ਮੇਰਾ ਵੀਰ ਅੰਦਰ, ਯਾਰ ਕੀ, ਆ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਂਡੇ ਆ, ਇਹ ਡਿਊਟੀ ਤੇ ਆਏ ਆ, ਨਾ ਕਰ ਮੇਰਾ ਵੀਰ, ਆ ਜਾ, ਆ ਜਾ ਦਾਰੂ ਪੀ ਕੇ ਡਿਊਟੀ ਕਰ ਰਹੇ ਜੀ, ਆ ਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ, ਔਰ ਲੀਜ਼ੀਅਮ ਗ੍ਰੈਂਡ ਦੇ ਬਾਹਰ ਖੜੇ ਹੋਏ ਜਿੱਥੇ ਸਾਡੇ ਮਾਣਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ, ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ, ਔਰ ਇਹ ਮੁਲਾਜ਼ਮ ਦੇਖੋ ਦਾਰੂ ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ, ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ, ਸਿਵਲ ਹਸਪਤਾਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ, ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ, ਸ਼ਰਾਬ ਪੀਤੀ ਕਿ ਨਹੀਂ ਪੀਤੀ, ਆਪਾਂ ਹੁਣੇ ਤੁਹਾਡੇ ਸਿਵਲ ਹਸਪਤਾਲ ਨੂੰ ਲੈ ਜਾਣਾ, ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ, ਕਿੰਨੀ ਦਾਰੂ ਪੀਤੀ ਕਿੰਨੀ, ਆਪੇ ਪਤਾ ਲੱਗ ਜਾਣਾ ਟੈਸਟਾਂ ਦੇ ਵਿੱਚ ਆ ਜਾਣਾ, ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਗਮਲੇ ਦੇ ਡਿੱਗਣ ਲੱਗੇ ਸੀਗੇ, ਗਮਲੇ ਸਿਰ ਵਜਣਾ ਸੀ ਉਹਨਾਂ ਦਾ, ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ, ਇੱਕ ਹੋਰ ਪੀ ਏ ਪੀ ਤੋਂ ਪਤਾ ਨੀ ਕਿਹੜਾ ਬੰਦਾ ਨਾਲ ਸੀ, ਉਹ ਗਾਇਬ ਹੀ ਹੋ ਗਿਆ, ਕੋਈ ਨਹੀਂ ਉਹ ਆਪੇ ਆ ਜਾਊਗਾ ਸਵੇਰੇ ਜਿਹੜਾ ਹੋਏਗਾ, ਤੇ ਵੀਡੀਓ ਤਾਂ ਹੈਗਾ ਵਾ, ਲੱਭ ਲੈਣਾ ਸਵੇਰੇ, ਐਸ ਐਸ ਪੀ ਨੂੰ ਕਰ ਦਿੱਤਾ ਫੋਨ, ਆ ਰਹੇ ਬਸ, ਮੈਂ ਬਣਾ ਰਿਹਾ ਜੀ, ਦੇਖੋ ਮੈਂ ਲੱਗੀ ਵੀਡੀਓ, ਇਹਨੇ ਥੱਲੇ ਸੱਟ ਲਗਾ ਸੀ ਪੌੜੀਆਂ 'ਚ ਇਹਨਾਂ ਨੂੰ, ਇਹ ਧੱਕੇ ਮਾਰਦਾ ਫਿਰਦਾ, ਇਹ ਤਾਂ ਮੈਂ ਨਾ ਦੇਣ ਪੌੜੀ ਥੱਲੇ ਸੱਟ ਦੇਣਾ ਜੀ ਇਹਨਾਂ ਨੇ, ਨਹੀਂ ਫੋਨ ਨਹੀਂ ਦੇਣਾ ਜੀ ਇਹਨਾਂ ਨੂੰ, ਫੋਨ ਨਹੀਂ ਦੇਣਾ, ਬੁਲਾਇਆ ਨਾ ਸਾਨੂੰ
ਕਹਿ ਕੇ ਵੀ ਰਮਨ ਅਰੋੜਾ ਜੀ ਨੇ ਆਉਣਾ ਆ, ਐਸ ਐਚ ਓ ਸਾਹਿਬ ਇੱਥੇ ਬੰਦੇ ਭੇਜੋ। ਕਿਹੜਾ ਰਮਨ ਕਹਿਣਾ ਤੇ ਰਮਨ ਅਰੋੜਾ ਨੇ ਆਉਣਾ, ਮੇਰੇ ਨਾਲ ਕੀ ਗੱਲ? ਉਹਨਾਂ ਦੇ ਕੋਈ ਗੱਲ ਨਹੀਂ, ਉਹਨਾਂ ਕੋਲ ਆਪਣੇ ਗਨਮੈਨ ਹੈਗੇ ਆ, ਉਹ ਤੁਹਾਡੀ ਪੀ ਕੇ ਡਿਊਟੀ ਕਰਨੀ, ਅੰਦਰ ਬਹਿ ਕੇ ਤੁਸੀਂ ਕਰਨੀ ਹੈ। ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕਿ ਅੰਦਰ ਦੇਣੀ ਜਾ ਕੇ? ਨਹੀਂ ਭਾਅ ਜੀ, ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ, ਖੋਇਆ ਸਾਡਾ ਉਹਨਾਂ ਨੇ ਸਰ, ਮੋਬਾਈਲ ਹੀ ਖੋਇਆ, ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ। ਐਸ ਐਚ ਓ ਕਿੱਥੇ ਪਤਾਰੇ ਦਾ ਨੰਬਰ ਕੀ ਹੁੰਦਾ? ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ, ਕਿੱਥੇ ਤੁਹਾਡੀ? ਗੱਲ ਉਹਦੀ ਹੁੰਦੀ ਨੀ, ਦੇਖੋ ਦਾਰੂ ਜਾਂਦਾ ਨੀ ਪਿਆ। ਹਾਂਜੀ, ਇਹ ਆਉਂਦੇ ਡਿਊਟੀ ਪੁਲਿਸ ਲਾਈਨ ਚੋਂ ਭੇਜਿਆ ਵੀ ਇੱਥੇ ਸ਼ਿਵ ਸੈਨਾ ਦਾ ਪ੍ਰੋਗਰਾਮ ਆ, ਇਹ ਕਨਕ ਕਨਕ ਉਹਨਾਂ ਦਾ ਪ੍ਰੋਗਰਾਮ ਆ, ਉਹਨਾਂ ਦੀ ਰਿੰਗ ਸੈਰਾਮਨੀ ਆ, ਤੁਸੀਂ ਉੱਥੇ ਜਾਣਾ, ਅਸੀਂ ਉੱਥੇ ਆਏ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਨਹੀਂ ਸਿਕਿਉਰਿਟੀ ਤੁਸੀਂ ਦਾਰੂ ਪੀ ਕੇ ਕਰੋਗੇ? ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ, ਚਲੋ ਮੈਂ ਜਿਹਨੇ ਵੀ ਫੋਨ ਕੀਤਾ, ਸਿਕਿਉਰਿਟੀ ਤੁਸੀਂ ਦਾਰੂ ਪੀ ਕੇ ਕਰੋਗੇ? ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ, ਸਿਕਿਉਰਿਟੀ ਦਾਰੂ ਪੀ ਕੇ ਕਰੋਗੇ? ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ, ਸਿਕਿਉਰਿਟੀ ਕਿਸੇ ਦੀ ਕੀ ਕਰੋਗੇ ਤੁਸੀਂ? ਹੈ ਹੀ ਸਾਰੇ ਰੱਜੇ ਪਏ ਆ, ਮੈਂ ਫੜਿਆ ਪੌੜੀਆਂ ਦੀ ਬਾਂਹ ਫੜੀ ਉਹਨਾਂ ਥੱਲੇ ਰੁਧੀਰ ਜੀ ਦੀ। ਮੇਰੀ ਗੱਲ ਦਾ ਜਵਾਬ ਦਿਓ, ਇੱਧਰ ਮੇਰੀ ਗੱਲ ਸੁਣੋ, ਤੁਸੀਂ ਡਿਊਟੀ ਕਰਨ ਆਏ ਹੋ? ਡਿਊਟੀ ਤੁਸੀਂ ਅੰਦਰ ਦਾਰੂ ਪੀ ਕੇ ਕਰਨੀ ਹੈ? ਡਿਊਟੀ ਖਾਣਾ ਖਾਣ ਦਿਓ? ਨਹੀਂ ਨਹੀਂ, ਦਾਰੂ ਕਿੱਦਾਂ ਪੀਤੀ ਤੁਸੀਂ? ਹਾਂ ਤੇ ਕੋਈ ਨਹੀਂ, ਰਮਨ ਜੀ ਜਿਹੜਾ ਫੋਨ ਗਿਆ ਸੀਗਾ ਜਿਹਨੇ ਬੁਲਾਇਆ ਸੀ ਉਹਨਾਂ ਬੁਲਾ ਲਓ, ਇਹ ਬਾਈ ਬਾਈ ਨੰਬਰ ਐਂਡ ਤੇ ਮੇਰੇ ਫੋਨ ਚੋਂ ਕੱਟ ਕੇ ਗਿਆ ਹੁਣੇ ਫੋਨ ਨੰਬਰ। ਹਾਂ ਉਹਨਾਂ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਵੀ ਸਾਡੇ ਇੱਥੇ ਚੀਫ ਗੈਸਟ ਆਉਣੇ ਆ, ਐਸ ਐਚ ਓ ਸਾਹਿਬ ਨੂੰ ਭੇਜੋ ਇਹਨਾਂ ਨੂੰ, ਇਹ ਕਹਿੰਦੇ ਸਰ ਇੱਦਾਂ ਤੁਹਾਡੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ, ਪੰਜ ਅੰਦਰ ਖੂਬ ਦਾਰੂ ਪੀ ਰਹੇ ਆ, ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਥਾਣੇ ਤੋਂ ਆ ਦੋ, ਅਤੇ ਦੋ ਤਿੰਨ ਹੋਰ ਹੈ ਜੀ, ਖੂਬ ਦਾਰੂ ਪੀ ਕੇ ਅੰਦਰ ਹੰਗਾਮਾ ਕਰ ਰਹੇ ਆ, ਜਿਨ੍ਹਾਂ ਦੇ ਘਰ ਫੰਕਸ਼ਨ ਉਹਨਾਂ ਧੱਕੇ ਮਾਰੇ ਜੀ। ਮੈਂ ਉਸ ਵੇਲੇ ਮੌਕੇ 'ਤੇ, ਕਿੰਨਾ ਤੇਰਾ ਘਰ? ਕੇਵਲ ਸਿੰਘ। ਕੇਵਲ ਸਿੰਘ ਆ, ਹੋਰ ਕਿੱਥੇ ਬਣਦੇ? ਦੂਜਾ ਐਸ ਆਈ ਹੈ ਜੀ, ਬਾਕੀ